are watching Channel Y. Channel Y, a South Asian Canadian channel. ਬੀਤੀ ਰਾਤ ਜਲੰਧਰ ਵਿਖੇ ਵੇਰਕਾ ਮਿਲਕ ਪਲਾਂਟ ਨੇੜੇ ਸਥਿਤ ਬਾਬਾ ਮੋਹਨ ਦਾਸ ਨਗਰ 'ਚ ਇੱਕ ਖਾਲੀ ਪਲਾਟ 'ਚ ਜ਼ਬਰਦਸਤ ਧਮਾਕਾ ਹੋਇਆ। ਇਸ ਧਮਾਕੇ ਦੀ ਆਵਾਜ਼ ਕਾਰਨ 1 ਕਿਲੋਮੀਟਰ ਤੱਕ ਦੇ ਇਲਾਕੇ 'ਚ ਕੰਬਣੀ ਤਰ੍ਹਾਂ ਦੇ ਬਾਹਰ ਖੜੀਆਂ ਕੁਝ ਗੱਡੀਆਂ ਦੇ ਸ਼ੀਸ਼ੇ ਵੀ ਟੁੱਟ ਗਏ। ਧਮਾਕੇ ਦੀ ਖਬਰ ਪਤਾ ਲੱਗਣ 'ਤੇ ਲੋਕਾਂ 'ਚ ਸਹਿਮ ਦਾ ਮਾਹੌਲ ਬਣ ਗਿਆ। ਧਮਾਕੇ ਵਾਲੇ ਸਥਾਨ ਤੋਂ ਕੁਝ ਪਲਾਸਟਿਕ ਦੀਆਂ ਵਸਤਾਂ ਬਰਾਮਦ ਕੀਤੀਆਂ ਗਈਆਂ। ਉੱਥੇ ਹੀ ਸੂਚਨਾ ਮਿਲਣ 'ਤੇ ਮੌਕੇ 'ਤੇ ਪੁਲਿਸ ਕਮਿਸ਼ਨਰ ਜਲੰਧਰ ਗੁਰਪ੍ਰੀਤ ਸਿੰਘ ਭੁੱਲਰ ਵੀ ਪਹੁੰਚੇ ਅਤੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਸਾਰੇ ਮਾਮਲੇ ਦੀ ਪੁਸ਼ਟੀ ਕਰਦੇ ਦੱਸਿਆ ਕਿ ਧਮਾਕਾ ਖਾਲੀ ਪਲਾਟ 'ਚ ਡੰਪ ਕੀਤੇ ਗਏ ਧਮਾਕਾ ਖੇਜ ਪਟਾਕਿਆਂ ਕਾਰਨ ਹੀ ਹੋਇਆ। ਉਹਨਾਂ ਦੱਸਿਆ ਕਿ ਇੱਥੋਂ ਸਾਨੂੰ ਲੋਕਲ MC ਵੱਲੋਂ ਫੋਨ ਜ਼ਰੀਏ ਧਮਾਕਾ ਹੋਣ ਦੀ ਸੂਚਨਾ ਮਿਲੀ ਸੀ, ਜਿਸ ਤੋਂ ਬਾਅਦ ਮੌਕੇ 'ਤੇ ਪੁਲਿਸ ਪਾਰਟੀ ਅਤੇ ਫੋਰੈਂਸਿਕ ਟੀਮ ਪਹੁੰਚੀ। CB ਭੁੱਲਰ ਨੇ ਦੱਸਿਆ ਕਿ ਪੁਲਿਸ ਵੱਲੋਂ ਫਿਰ ਵੀ ਸਾਰੇ ਮਾਮਲੇ ਦੀ ਜਾਂਚ ਬਰੀਕੀ ਨਾਲ ਕੀਤੀ ਜਾ ਰਹੀ ਹੈ। ਕਿਸੇ ਵੀ ਦੋਸ਼ੀ ਨੂੰ ਬਖਸ਼ਿਆ ਨਹੀਂ ਜਾਵੇਗਾ। ਅਸੀਂ ਇੱਥੇ ਆਪਣੀ ਫੋਰੈਂਸਿਕ ਟੀਮ ਤੋਂ ਅਤੇ ਆਪਣੇ ਜਿਹੜੇ ਇਨਵੈਸਟੀਗੇਟਿੰਗ ਆਫਿਸਰ ਨੇ ਸਾਰਿਆਂ ਨੇ ਮੌਕਾ ਮੁਲਾਜ਼ਾ ਕੀਤਾ। ਜੋ ਸਾਡੇ ਕੋਲ ਇਨਫੋਰਮੇਸ਼ਨ ਆਈ ਸੀ ਸਾਰੀ ਪੁਲਿਸ ਉਦੋਂ ਹੀ ਮੌਕੇ 'ਤੇ ਪਹੁੰਚੀ। ਲੋਕਲ MC ਸਾਹਿਬ ਦਾ ਅਤੇ ਹੋਰ ਮੋਹਤਪੁਰ ਬੰਦਿਆਂ ਦਾ ਮੈਨੂੰ ਵੀ ਫੋਨ ਆਇਆ ਸੀ, ਤਾਂ ਅਸੀਂ ਮੈਂ ਅਤੇ ਡਿਪਟੀ ਕਮਿਸ਼ਨਰ ਸਾਹਿਬ ਵੀ ਆਪ ਮੌਕੇ 'ਤੇ ਆਏ ਹਾਂ। ਸਾਰੇ ਸੀਨੀਅਰ ਅਫਸਰ ਵੀ ਨੇ, ਫੋਰੈਂਸਿਕ ਦੀ ਸਾਡੀ ਟੀਮ ਵੀ ਆ ਚੁੱਕੀ ਹੈ। ਮੌਕੇ ਤੋਂ ਸਾਨੂੰ ਬੜਾ ਕਲੀਅਰਲੀ ਗੱਲ ਇਹ ਕਲੀਅਰ ਹੋਈ ਹੈ ਕਿ ਜਿਹੜੇ ਚਾਈਨੀਜ਼ ਐਕਸਪਲੋਸਿਵ ਜਿਹੜੇ ਹੈਗੇ ਫਾਇਰਵਰਕਸ, ਜਿਨ੍ਹਾਂ ਨੂੰ ਕ੍ਰੈਕਰ ਪਟਾਕੇ ਕਹਿੰਦੇ ਹਾਂ, ਜਿਹੜੇ ਆਪਾਂ ਚਲਾਉਣੇ ਸੀਗੇ, ਉਹ ਅੰਡਰ ਐਕਸਪਲੋਸਿਵ ਐਕਟ ਦੀਆਂ ਜਿਹੜੀਆਂ ਇੰਸਟਰਕਸ਼ਨਸ ਨੇ ਉਹ ਬੈਨ ਕਰ ਦਿੱਤੇ ਗਏ ਹੈ। ਔਰ ਉਹਦੇ 'ਚ ਇਹ ਸਟੋਰ ਕਰਕੇ ਜਿਹੜੀ ਬੋਰੀ ਹੈ ਉਹਦਾ ਪੈਕਟ ਵੀ ਸਾਨੂੰ ਮਿਲ ਗਿਆ ਅਤੇ ਜਿਹੜੇ ਉਹਦਾ ਸੈਂਪਲਿੰਗ ਵੀ ਮਿਲ ਗਈ ਹੈ ਵੀ ਜਿਹੜੀਆਂ ਚੀਜ਼ਾਂ ਚੱਲੀਆਂ, ਕਿਉਂਕਿ 40-50 ਬੋਰੀਆਂ ਜੋ ਦੱਸਿਆ ਜਾ ਰਿਹਾ ਆਈ ਵਿਟਨੈਸ ਵੱਲੋਂ, ਇਹ ਪਲੋਟ ਦੇ ਮਾਲਕ ਦੇ ਕੁਛ ਰਿਸ਼ਤੇਦਾਰ ਹੈ ਜੋ ਬਸਤੀਆਂ ਏਰੀਏ ਦੇ ਰਹਿਣ ਵਾਲੇ, ਉਹ 10 ਦਿਨ ਪਹਿਲਾਂ ਟਾਟਾ 407 'ਚ 40-50 ਬੋਰੀਆਂ ਇੱਥੇ ਰੱਖ ਮਤਲਬ ਸਟੈਕ ਕਰ ਗਏ ਸੀਗੇ। ਤਾਂ ਉਹਨੂੰ ਸਾਰੀ ਨੂੰ ਗੱਲ ਨੂੰ ਅਸੀਂ ਵੈਰੀਫਾਈ ਕਰਨ ਲੱਗੇ ਹਾਂ ਕੌਣ ਬੰਦਾ ਆਇਆ ਸੀ। ਉੱਥੇ ਹੀ ਡਿਪਟੀ ਕਮਿਸ਼ਨਰ ਨੇ ਗੱਲ ਕਰਦੇ ਦੱਸਿਆ ਕਿ ਪਲਾਟ ਬਸਤੀ ਖੇਤਰ 'ਚ ਰਹਿਣ ਵਾਲੇ ਕਿਸੇ ਪਟਾਕਾ ਵਪਾਰੀ ਦਾ ਦੱਸਿਆ ਜਾ ਰਿਹਾ, ਜਿਸ ਨੇ ਪ੍ਰਸ਼ਾਸਨਿਕ ਸਖਤੀ ਕਾਰਨ ਪਟਾਕੇ ਇੱਥੇ ਬੋਰੀਆਂ 'ਚ ਰੱਖੇ ਸਨ। ਉਹਨਾਂ ਕਿਹਾ ਕਿ ਜੇ ਸਾਨੂੰ ਇਸ ਦੀ ਜਾਣਕਾਰੀ ਪਹਿਲਾਂ ਦਿੱਤੀ ਹੁੰਦੀ ਤਾਂ ਇਸ ਤਰ੍ਹਾਂ ਦਾ ਹਾਦਸਾ ਨਾ ਹੁੰਦਾ। ਹੈਗਾ CP ਸਾਹਿਬ ਹੋਰ ਇਨਵੈਸਟੀਗੇਸ਼ਨ ਕਰਨਗੇ ਔਰ ਆਈ ਵਿਟਨੈਸ ਅਕਾਊਂਟ ਹੈ ਕਿ ਉਹ ਬੰਦਾ 30 ਬੋਰੇ ਜਿਹੜੇ ਹੈਗੇ ਆ ਅੱਜ ਤੋਂ 8-10 ਦਿਨ ਪਹਿਲਾਂ ਰੱਖ ਗਿਆ ਸੀ। ਔਰ ਔਫਕੋਰਸ ਹੈ ਜਦੋਂ ਉਸ 'ਤੇ ਜਿਹੜੇ ਬੰਦੇ ਦਾ ਪਲੋਟ ਹੈ ਜਾਂ ਜਿਹੜੇ ਬੰਦੇ ਨੇ ਨੁਕਸਾਨ ਕੀਤਾ, ਜਿਹੜਾ ਬੰਦਾ ਸਟੋਰ ਕਰਕੇ ਗਿਆ, ਉਸ ਤੋਂ ਅਸੀਂ ਔਫਕੋਰਸ ਉਸ ਤੋਂ ਜਿਹੜੀ ਰਿਕਵਰੀ ਵੀ ਹੋਊਗੀ। ਪਰ ਦੂਜੀ ਗੱਲ ਮੇਰੀ ਤੁਹਾਡੇ ਰਾਹੀਂ ਸੂਝਵਾਨ ਜਿਹੜੇ ਨਾਗਰਿਕ ਨੇ ਆਪਣੇ, ਉਹਨਾਂ ਨੂੰ ਵੀ ਬੇਨਤੀ ਹੈ ਕਿ ਜਦੋਂ ਇਸ ਤਰ੍ਹਾਂ ਦੀ ਕੋਈ ਸ਼ੱਕੀ ਐਕਟੀਵਿਟੀ ਦੇਖਣ ਦੇ, ਦੇਖੋ 30 ਬੋਰੀਆਂ ਇੱਕ ਖਾਲੀ ਪਲੋਟ ਦੇ ਵਿੱਚ ਰੱਖ ਗਿਆ ਕੋਈ ਬੰਦਾ, ਅਗਰ ਇਹ ਸੂਚਨਾ ਟਾਈਮ ਸਿਰ 'ਤੇ ਸਾਡੇ ਤਾਈਂ ਪਹੁੰਚੀ ਹੁੰਦੀ ਤਾਂ ਜ਼ਰੂਰੀ ਇਸ 'ਤੇ ਪਹਿਲਾਂ ਹੀ ਇਹਨੂੰ ਜ਼ਬਤ ਕਰ ਲਿਆ ਗਿਆ ਹੁੰਦਾ। ਦੇਖੋ ਇਹ ਆਈ ਵਿਟਨੈਸ ਅਕਾਊਂਟ ਹੈ, ਇਹ ਇਨਵੈਸਟੀਗੇਸ਼ਨ ਦਾ ਪਾਰਟ ਹੈ। ਮੈਂ ਤਾਂ ਸਿਰਫ CP ਸਾਹਿਬ ਤੋਂ ਹੀ ਇਹ ਗੱਲ ਔਰ ਜਿਹੜੇ ਇੱਥੇ ਸਟਾਫ ਹੈ ਉੱਥੇ ਅਸੀਂ ਕਿਹਾ, ਅਸੀਂ ਪ੍ਰੈਸ ਨੂੰ ਪਹਿਲਾਂ ਬਰੀਫ ਕਰਨ ਆ ਗਏ, ਬਾਕੀ ਇਨਵੈਸਟੀਗੇਸ਼ਨ ਜਿਵੇਂ ਜਿਵੇਂ ਅੱਗੇ ਚੱਲੇਗੀ ਤੁਹਾਨੂੰ ਦੱਸ ਦਾਂਗੇ। ਇਟਸ ਨਥਿੰਗ ਸੀਰੀਅਸ, ਸਿਰਫ ਤੁਹਾਡੇ ਸਾਹਮਣੇ ਹੈ ਚਾਈਨੀਜ਼ ਭਾਸ਼ਾ 'ਚ ਲਿਖਿਆ 50-50 ਕਿਲੋ ਦੇ 30 ਬੋਰੇ ਬੰਦਾ ਰੱਖ ਗਿਆ ਹੈਗਾ, ਉਹ ਐਟ ਏ ਟਾਈਮ ਚੱਲ ਗਏ, ਲੜੀ ਬੰਬ ਹੈਗੇ ਨੇ ਜਿਹੜੇ ਕਿ ਬੈਂਡ ਨੇ। ਯੂ ਆਰ ਵਾਚਿੰਗ ਚੈਨਲ Y, ਚੈਨਲ Y, ਅ ਸਾਊਥ ਏਸ਼ੀਅਨ ਕੈਨੇਡੀਅਨ ਚੈਨਲ।